ਜੇ ਉਹਨਾਂ ਨੇ ਕੇਸ ਨਾ ਕੀਤਾ, ਉਹਨਾਂ ਦੇ ਉੱਤੇ ਕਾਰਵਾਈ ਨਾ ਕੀਤੀ, ਤਾਂ ਫਿਰ ਸਾਨੂੰ ਕੁਝ ਹੋਰ ਸੋਚਣਾ ਪਵੇਗਾ। ਕਿ ਉਹਨਾਂ ਨੇ ਆ ਕੇ ਤੇ ਜਿਹੜਾ ਸੀਗਾ ਉੱਥੇ ਖਹਿਬਾਜੀ ਸ਼ੁਰੂ ਕੀਤੀ, ਫਿਰ ਤੋਂ ਮੈਂ ਹੋਈ ਤੇ ਸੁਭਾਵਿਕ ਤੌਰ ਤੁਸੀਂ ਜਾਣਦੇ ਹੋ ਜਦੋਂ ਦੋ ਧਿਰਾਂ ਭਿੜਦੀਆਂ ਨੇ, ਝਗੜਾ ਹੁੰਦਾ, ਸੱਟਾਂ ਤਾਂ ਫਿਰ ਲੱਗਦੀਆਂ ਨੇ। ਡਾਂਗਾਂ ਦੇ ਵਾਰ ਕਰਕੇ ਸਿਰ ਪਾੜੇ, ਸਾਡੀਆਂ ਦਸਤਾਰਾਂ ਲਾਈਆਂ ਗਈਆਂ, ਸਾਨੂੰ ਧੂ ਧੂ ਕੇ ਉਹਨਾਂ ਨੇ ਕੁੱਟਿਆ, ਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ, ਸਾਡੇ ਮੋਰਚੇ ਨਿਰੰਤਰ ਜਾਰੀ ਨੇ, ਆਓ ਹੁਣ ਇਕੱਠੇ ਹੋ ਕੇ ਇਹਨਾਂ ਦੇ ਕੋਲੋਂ ਹਿਸਾਬ ਲਈਏ। ਪੰਜਾਬ ਦੀ ਜਨਤਾ ਤੇ ਸਿੱਖ ਸੰਗਤਾਂ ਦੇ ਵਿੱਚੋਂ ਇਹਨਾਂ ਦੀ ਮਾਨਸਿਕਤਾ ਚੋਂ ਇਹ ਖਤਮ ਹੋ ਚੁੱਕੇ ਨੇ, ਇਸ ਤੌਰ ਤੇ ਸਾਡੇ ਕੋਲ ਪਹੁੰਚੇ ਨੇ। ਸਾਨੂੰ ਬੜਾ ਦੁੱਖ ਤੇ ਅਫਸੋਸ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 267 ਸਰੂਪਾਂ ਦੀ ਗੱਲ ਚੱਲੀ ਕਿ ਉਹ ਗਾਇਬ ਨੇ। ਉਦੋਂ ਬਾਅਦ ਪਤਾ ਲੱਗਾ ਜਹੇਦਾਰ ਨੇ ਜਿਹੜੀ ਕਮੇਟੀ ਬਣਾਈ ਸੀ ਈਸ਼ਰ ਸਿੰਘ ਦੀ, ਕਿ 328 ਸਰੂਪ ਨੇ। ਫਿਰ ਕਹਿਣ ਲੱਗੇ 5 ਅਗਨ ਭੇਟ ਹੋਏ ਆ, ਫਿਰ ਕਹਿਣ ਲੱਗੇ 14 ਹੋਏ ਆ, ਹੁਣ 80 ਕਹਿਣ ਲੱਗ ਗਏ ਆ, 328 ਸਰੂਪ ਅਲੱਗ ਨੇ। ਫਿਰ ਕਹਿਣ ਆ ਗਈ ਗੱਲ ਕਿ 400 ਸਰੂਪ ਅਮਰੀਕਾ ਵਿੱਚ ਇੱਕ ਏਅਰਪੋਰਟ 'ਤੇ ਹੀ ਉਹਨਾਂ ਦੀ ਬੇਅਦਬੀ ਹੋ ਗਈ, ਉਹ ਸਲਾਬੇ ਗਏ। ਫਿਰ ਪਤਾ ਲੱਗਾ ਕਿ ਆਸਟਰੀਆ ਵਿੱਚ ਉੱਥੇ ਵੀ ਕੋਈ 400 ਦੇ 8 ਗੇਟ ਸਰੂਪ ਜਿਹੜੇ ਸੀ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਹੈ। ਇੱਥੋਂ ਹੋਰ ਕਿੰਨੇ ਸਰੂਪ ਹੈ, ਕਈਆਂ ਨੇ ਜਾਂਚ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਹਜ਼ਾਰਾਂ ਦੀ ਗਿਣਤੀ 'ਚ ਹੈ, ਰੱਬ ਜਾਣੇ ਕੀ ਹੈ ਸੱਚ ਹੈ ਕਿ ਝੂਠ ਹੈ, ਪਰ ਇਹ ਕੋਈ ਸਚਿਆਈ ਕੌਮ ਦੇ ਸਾਹਮਣੇ ਰੱਖਣ ਲਈ ਤਿਆਰ ਨਹੀਂ ਗੇ। ਜਿਹੜੇ 328 ਇਹਨਾਂ ਦੇ ਜਥੇਦਾਰ ਬਣਾਏ ਹੋਏ ਸ਼੍ਰੋਮਣੀ ਕਮੇਟੀ ਨੇ ਕਿਹਾ, ਉਹਨਾਂ ਦਾ ਜ਼ਿਕਰ ਵੀ ਨਹੀਂ ਦੱਸ ਰਹੇ ਵੀ ਉਹ ਸਰੂਪ ਕਿੱਥੇ ਗਏ, ਕਿਵੇਂ ਗਏ, ਕੌਣ ਲੈ ਗਿਆ, ਕਿੰਨੇ ਦਿੱਤੇ ਆ, ਔਰ ਉਹ ਮਤਲਬ ਅੱਜ ਉਹਨਾਂ ਦੀ ਸੇਵਾ ਸੰਭਾਲ ਹੋ ਰਹੀ ਹੈ ਜਾਂ ਕਿਸੇ ਗੈਰ ਪੰਥਕ ਲੋਕਾਂ ਕੋਲ ਚਲੇ ਗਏ ਨੇ। ਸੀਸੀਟੀਵੀ ਉੱਥੇ ਸਾਰੀਆਂ ਫੁਟੇਜ ਨੇ, ਜਿਹੜਾ ਕੈਮਰਾ ਉਹਨਾਂ ਨੇ ਮੋਰਚੇ ਵਾਸਤੇ ਸਪੈਸ਼ਲ ਲਾਇਆ ਸੀ ਉਹਦੀ ਫੁਟੇਜ ਜਾਰੀ ਕਰ ਦਿਓ, ਉਹ ਸਾਰਾ ਕੁਝ ਹੀ ਆ ਜਾਊਗਾ। ਕੌਣ ਮੋਰਚੇ 'ਚ ਆ ਕੇ ਖੜਿਆ, ਅਸੀਂ ਤਾਂ ਗੇਟ ਵੱਲ ਕੇ ਗਏ ਵੀ ਨਹੀਂ, ਗੇਟ ਦੇ ਕੋਲ ਤਾਂ ਸਾਨੂੰ ਉਹ ਧੂ ਧੂ ਕੇ ਅੰਦਰ ਲੈ ਕੇ ਗਏ, ਅਤੇ ਬਾਅਦ 'ਚ ਅਸੀਂ ਤਾਂ ਮੋਰਚੇ ਸ਼ਾਂਤਮਈ ਬੈਠੇ ਸੀ, ਢਾਡੀ ਸਿੰਘ ਲੱਗੇ ਸੀ, ਕ੍ਰਿਸ਼ਰੀ ਸਿੰਘ ਲੱਗੇ ਸੀ, ਉਹ ਚੱਲ ਰਿਹਾ ਸੀਗਾ ਪਹਿਰਾ, ਸਾਰਾ ਪ੍ਰਚਾਰ ਚੱਲ ਰਿਹਾ ਸੀ, ਗੁਰਮਤਿ ਦੀ ਗੱਲ ਹੋ ਰਹੀ ਸੀ। ਸੋ ਉਹ ਆਏ, ਆ ਕੇ ਉਹਨਾਂ ਨੇ ਆ ਕੇ ਤੇ ਜਿਹੜਾ ਸੀਗਾ ਉੱਥੇ ਖਹਿਬਾਜੀ ਸ਼ੁਰੂ ਕੀਤੀ, ਫਿਰ ਤੋਂ ਮੈਂ ਹੋਈ ਤੇ ਸੁਭਾਵਿਕ ਤੌਰ ਤੁਸੀਂ ਜਾਣਦੇ ਹੋ ਜਦੋਂ ਦੋ ਧਿਰਾਂ ਭਿੜਦੀਆਂ ਨੇ, ਝਗੜਾ ਹੁੰਦਾ, ਸੱਟਾਂ ਤਾਂ ਫਿਰ ਲੱਗਦੀਆਂ ਨੇ। ਵੇਖੋ ਜੀ, SGPC ਪ੍ਰਧਾਨ ਇਸ ਵੇਲੇ ਹੁਣ ਮਾਲਕ ਆ ਨਾ ਜੀ ਅਗਲੇ, ਫਿਰ ਮਾਲਕ ਕੋਈ ਵੀ ਫੈਸਲਾ ਸੁਣਾ ਸਕਦਾ, ਪਰ ਮੈਨੂੰ ਇਹ ਲੱਗਦਾ ਵੀ ਇਹ ਨਾ ਭੁੱਲਣ ਵੀ ਸੰਗਤ ਨੇ ਤੁਹਾਨੂੰ ਕੁਰਸੀਆਂ ਦਿੱਤੀਆਂ ਨੇ, ਸੰਗਤ ਨੇ ਤੁਹਾਨੂੰ ਇਹ ਚੌਧਰਾਂ ਦਿੱਤੀਆਂ ਨੇ, ਸੰਗਤ ਦੇ ਤੁਸੀਂ ਸੇਵਾਦਾਰ ਹੋ, ਸੇਵਾਦਾਰ ਬਣ ਕੇ ਵਿਚਰੋ ਕੌਮ ਦੇ, ਆਪਾਂ ਡਿਕਟੇਟਰਸ਼ਿਪ ਨਾ ਕਰੀਏ, ਆਪਾਂ ਮਾਲਕ ਨਾ ਬਣਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਸੰਸਥਾ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਸਿੱਖ ਕੌਮ ਦੀ ਸਰਮੌਰ ਸੰਸਥਾ ਵਾ, ਅਤੇ ਸਿੱਖ ਕੌਮ ਦੀ ਨਿੱਜੀ ਜਗੀਰ ਹੈ, ਕਿਸੇ ਬੰਦੇ ਦੀ ਨਹੀਂ। ਇਹ ਜਿਹੜਾ ਕੰਮ ਨਹੀਂ ਸੀ ਹੋਣਾ, ਜਿਸ ਅਸੀਂ ਬੈਠੇ ਸਾਂ, ਦਸਾਂ ਦਿਨਾਂ ਬਾਅਦ ਵੀ ਜਥੇਦਾਰ ਹਰਪ੍ਰੀਤ ਸਿੰਘ ਜੀ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਜਾਂ ਦੂਜੇ ਜਥੇਦਾਰ, ਇਹ ਸਾਰੇ ਰਲ ਕੇ ਫੈਸਲਾ ਲੈ ਲੈਂਦੇ, ਕਿਉਂਕਿ ਇਹਨਾਂ ਵੱਲੋਂ ਹੀ ਫੈਸਲਾ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਗਿਆ ਸੀ ਕਿ ਇਹਨਾਂ ਉੱਚ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰੋ। ਜੇ ਉਹ ਫੈਸਲੇ ਤੋਂ ਭੱਜਦੇ ਸਨ ਤਾਂ ਜਥੇਦਾਰ ਸਖਤੀ ਦੇ ਨਾਲ ਸਟੈਂਡ ਲੈ ਕਰਕੇ ਇਹਨਾਂ ਦੋਸ਼ੀਆਂ ਦੇ ਉੱਪਰ ਜਿਹੜੇ ਬਾਗੀ ਹੁੰਦੇ ਸਨ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਨ ਵਾਸਤੇ ਉਸੇ ਵੇਲੇ ਸਖਤ ਫੈਸਲੇ ਲੈਣੇ ਚਾਹੀਦੇ ਸਨ।